Quindi questo qua è ਉਹ ਲੈ ਕੇ ਆਵਾਂਗੇ ਲੁਧਿਆਣਾ ਦੇ ਪੂਰੇ ਬੰਦੇ ਨਾ ਆਪਾਂ ਨੂੰ 10 ਸਾਲਾਂ ਦੇ ਵਿੱਚ ਮਿਲਿਆ ਵੀ ਹੈ ਸ਼ਾਇਦ ਤੁਸੀਂ ਤੁਲਨਾ ਕਰਾਂਗੇ 10 ਸਾਲ ਬਨਾਮ ਤੇ ਖਸਾਬ ਦੇ ਸਰਕਾਰ ਦਾ ਬੋਲੇ ਸਰ ਨਿਹਾਲ ਸਰ ਨਿਹਾਲ ਮੈਂ ਬੜਾ ਰਣੀ ਆ ਤੁਸੀਂ ਮੈਨੂੰ ਪੁੱਛਦੇ ਹੁੰਦੇ ਸੀ ਕਿ ਵਾਰੀ ਮਨ ਦੇ ਵਿੱਚ ਰੱਖਦੇ ਸੀ ਕਿ ਜਦ ਇਹ ਵਾਰ ਵਾਰ ਤੰਗ ਕੀ ਕਰਦਾ ਰਹਿ ਨਹੀਂ ਕੋਈ ਪੁੱਛਿਆ ਮੈਂ ਉਹਦੇ ਬਾਤ ਤੇ ਰਹੀ ਪੁੱਛ ਲੈਣੇ ਸੀ ਕਿ ਮੇਰੇ ਹੌਲੀ ਜਿਹੜੇ ਮੈਂ ਪੁੱਛਦਾ ਸੀ ਦੱਸ ਕੀ ਗੱਲ ਆਪਾਂ ਥੱਲੇ ਨਹੀਂ ਲੜ ਸਕਦੇ ਆਪਾਂ ਨੂੰ ਕੱਲਿਆ ਕੀ ਹੋਇਆ ਜਿੰਨਾ ਤੁਸੀਂ ਸੰਘਰਸ਼ ਪੰਜਾਬ ਨੇ ਕੀਤਾ ਤੁਸੀਂ ਦੱਸ ਦਿਓ ਕਿਸੇ ਨੇ ਤੁਹਾਡੇ ਜਿੰਨਾ ਸੰਘਰਸ਼ ਕੀਤਾ ਹੋਵੇ ਤੇ ਮੈਂ ਇਹ ਕਹਿੰਦਾ ਸੀ ਕੀ ਗੱਲ ਆਪਣੇ ਕਰਮ ਦੇ ਉੱਤੇ ਵਿਸ਼ਵਾਸ ਨਹੀਂ ਆਪਣੇ ਕਰਮ ਦੇ ਉੱਤੇ ਯਕੀਨ ਨਹੀਂ ਤੇ ਫਿਰ ਅਗਲੀ ਵਾਰ ਜੇ ਪ੍ਰੈਜ਼ੀਡੈਂਟ ਵੀ ਕੀ ਬਣਿਆ ਤੇ ਤੁਸੀਂ ਬਹੁਤ ਵੱਡਾ ਸਬਰ ਕਰੋ ਸਲੋ ਐਂਡ ਸਟਡੀ ਬਿੰਦਾ ਰੇਸ ਸਹਿਜ ਪੱਕੇ ਸੋ ਕਿਹਾ ਹੋਏ ਸਬਰ ਦਾ ਫਲ ਹਮੇਸ਼ਾ ਮਿੱਠਾ ਹੈ ਤੇ ਐਸੀ ਬਾਤ ਉੱਠੀ ਸੀ ਕਿ ਸਬਰ ਦਾ ਫਲ ਮਿੱਠਾ ਜਿੰਨਾ ਦੀ ਕੁੱਲ ਦੁਨੀਆ ਚ ਬੈਠਾ ਪੰਜਾਬੀ ਐਪਰੀਸ਼ੀਏਟ ਕਰਦਾ ਹੈ ਸਬਰ ਦਾ ਫਲ ਮਿੱਠਾ ਇਮਾਨਦਾਰੀ ਨੱਚੀ ਆ ਮਨ ਦੇ ਵਿੱਚ ਤੇ ਇਸ ਪਵਿੱਤਰ ਕੜਜੋੜ ਵਾਸਤੇ ਮਨ ਦੇ ਅੰਦਰ ਇੱਕ ਐਸੀ ਇਮਾਨਦਾਰੀ ਦੀ ਭਾਵਨਾ ਰੱਖਣੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਪ੍ਰਵੋਕ ਕਰਨਗੇ ਤੁਹਾਨੂੰ ਦੁੱਖਣਾ ਦੇਣਗੇ ਪੰਜਾਬੀ ਚ ਕਹਾਂਗੇ ਦੁੱਖਣਾ ਦੇਣਗੇ ਕਿਸੇ ਨੇ ਦੁੱਖਣਾ ਬੜੇ ਰਿਸਪੈਕਟਫੁਲ ਵੇ ਦੇ ਨਾਲ ਇਮਾਨਦਾਰੀ ਦੇ ਨਾਲ ਡੈਡੀਕੇਸ਼ਨ ਦੇ ਨਾਲ ਜਿੱਥੇ ਜਿੱਥੇ ਪੰਜਾਬ ਦੇ ਅੰਦਰ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਬੈਠੇ ਅੱਜ ਆਪਾਂ ਮੈਂ ਕਹੂੰਗਾ ਕਿ ਜਰਨੈਲ ਬੈਠੇ ਹੋਏ ਆ ਤੁਸੀਂ ਸਾਰੇ ਬਹੁਤ ਬਹੁਤ ਸੱਜਣ ਬੈਠੋ ਜਰਨੈਲ ਬੈਠੋ ਜਿਨ੍ਹਾਂ ਦੀ ਸਮਾਜ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਵੱਡੀ ਪਕੜ ਹੈ ਜੇ ਕੋਈ ਆਪਾਂ ਆਮ ਲੋਕਾਂ ਦਾ ਇਕੱਠ ਨਹੀਂ ਕੀਤਾ ਉਹਨਾਂ ਲੋਕਾਂ ਦਾ ਇਕੱਠ ਆ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਦੇ ਸਮਾਨ ਹੈ ਤੇ ਜਿੱਥੇ ਜਿੱਥੇ ਪੰਜਾਬ ਦੇ ਅੰਦਰ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹਨ ਤੇ ਉਹਨੂੰ ਜਾ ਕੇ ਬੇਨਤੀ ਕਰਨੀ ਹੈ ਕਿ ਇਸ ਵਾਰ ਪੰਜਾਬ ਵਾਸਤੇ ਇਸ ਵਾਰ ਹੋਰ ਪੰਜਾਬ ਵਾਸਤੇ ਆ ਕਿਸੇ ਸਦਾ ਵਾਸਤੇ ਪੰਜਾਬ ਦੇ ਭਲੇ ਵਾਸਤੇ ਆ ਲੋਕ ਪਿਆਰੇ ਕੀ ਰੱਖਿਆ ਸਵੇਰ ਦਾ ਮੇਰੇ ਕੋਲ ਕਿੰਨਾ ਪਸੰਦਾ ਲੱਗਿਆ ਸੋਮਾ ਦੀ ਦੱਸ ਕੇ ਹਟਿਆ ਸੀ ਤੇ ਮੈਂ ਹਰੇਕ ਆਏ ਸੱਜਣ ਨੂੰ ਇਹ ਕਿਹਾ ਕਿ ਅਸੀਂ ਫੈਸਲਾ ਨਹੀਂ ਕਰਨਾ ਟਿਕਟ ਦਾ ਫੈਸਲਾ ਚਾਹੇ ਅੰਮ੍ਰਿਤਸਰ ਦਾ ਤੇ ਚਾਹੇ ਫਰਵਾੜੇ ਦਾ ਚਾਹੇ ਲੁਧਿਆਣੇ ਸ਼ਹਿਰ ਦਾ ਸੀਟਾਂ ਦਾ ਮਸਲਾ ਟਿਕਟ ਦਾ ਮਸਲਾ ਅਸੀਂ ਨਹੀਂ ਕਰਨਾ ਫੈਸਲਾ ਤੁਸੀਂ ਕਰਨਾ ਲੋਕਾਂ ਨੇ ਫੈਸਲਾ ਕਰਨਾ ਜੋ ਫੈਸਲਾ ਦੇ ਦੇਵੋਗੇ ਅਸੀਂ ਤਾਂ ਜਿਤਾਰਾ ਛੱਡਣਾ ਵੀ ਪਾਰ ਕਰਦੇ ਹਾਂ ਮੇਰੀ ਨਿਮਰਤਾ ਸਾਹਿਬ ਬੇਨਤੀ ਹੈ ਇਸ ਪਾਕ ਦੇ ਪਵਿੱਤਰ ਗੱਠਜੋੜ ਦਾ ਮਿਸ਼ਨ ਸਿਰਫ ਤੇ ਸਿਰਫ 2017 ਦੀ ਵਿਧਾਨ ਸਭਾ ਤੱਕ ਸੀਮਤ ਨਹੀਂ ਮੈਂ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਵਾਲਿਆਂ ਨੂੰ ਕਿਹਾ ਕਿ ਅਸਲ ਮਕਸਦ ਤੇ ਲੁੱਟ ਕੇ 10 ਸਾਲ ਤੋਂ ਜਿਹੜਾ ਲੋਕਾਂ ਨੇ ਪੰਜਾਬ ਨੂੰ ਦਬਾ ਕੇ ਲੁੱਟਿਆ ਹੋਇਆ ਹੈ ਤੇ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਸਰਕਾਰ ਗੁਰੂ ਦੀ ਗੁਰ ਫਿਰ ਉਹ ਧੜਾ ਧੜ ਵਾਸਤੇ ਆ ਆਪਣੇ ਰਾਜਨੀਤਿਕ ਮਨੋਰਥਾਂ ਵਾਸਤੇ ਸਾਡਾ ਮਿਸ਼ਨ 2017 ਦੇ ਇਲੈਕਸ਼ਨ ਤੱਕ ਨਹੀਂ ਸਾਡਾ ਮਿਸ਼ਨ ਹੈ ਇਹਨਾਂ ਬੇਈਮਾਨਾਂ ਦੇ ਪੰਜੇ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂਆਤ ਹੋਈ ਹੈ ਤੁਸੀਂ ਦੇਖਦੇ ਜਾਓ ਸੰਕੁਲ ਕਿਵੇਂ ਰਹਿਣਤਾ ਦੀ ਵਰਖਾ ਕਰਦੇ ਆ ਮੇਰੀ ਇੱਕ ਆਦਤ ਹੈ ਬੇਨਤੀ ਹੈ ਇਸ ਕਹਿੰਦੇ ਹੁੰਦੇ ਆ ਨਾ ਜਦੋਂ ਭਰਤ ਦੀ ਘੜੀ ਆਉਂਦੀ ਹੈ ਤੇ ਕਈ ਸੱਜਣ ਘਰ ਦੇ ਵਿੱਚ ਵੀ ਬਹਿ ਜਾਂਦੇ ਆ ਮਨ ਉਹਨਾਂ ਦਾ ਤੁਹਾਡੇ ਨਾਲ ਹੀ ਹੈ ਕਿਤੇ ਜਾ ਕੇ ਪੁੱਛ ਲਓ ਕਹਿੰਦੇ ਜੀ ਬਸ ਮਜਬੂਰੀ ਆ ਪਰ ਮਨ ਤੁਹਾਡੇ ਨਾਲ ਹੀ ਹੈ ਘਰ ਦੇ ਵਿੱਚ ਬੈਠੇ ਆ ਕਿ ਕੋਈ ਥੰਮ ਤੱਕ ਨਾ ਹੋ ਜਾਏ ਕਿਤੇ ਕੋਈ ਬੇਈਮਾਨ ਜਾ ਕੇ ਸੱਚ ਉਹਨਾਂ ਦੱਸ ਦੇ ਤੇ ਆ ਕੇ ਕਿਤੇ ਹੋਰ ਸਰਕਾਰੀ ਅਦਾਰੇ ਦੇ ਵਿੱਚ ਜਾ ਕੇ ਮੇਰੀ ਕੋਈ ਚੁਗਲਬਾਜ਼ੀ ਨਾ ਕਰ ਦੋਵੇ ਤੇ ਮੈਨੂੰ ਦੰਗੀਆਂ ਪਰੇਸ਼ਾਨੀਆਂ ਬਹੁਤ ਸਾਰੀ ਸੰਗਤ ਐਸੀ ਹੈ ਜਿਹੜੀ ਜੇ ਸੀਨਾ ਪਾ ਕੇ ਜੋ ਹਨੂੰਮਾਨ ਜੀ ਨੇ ਸੀਨਾ ਪਾ ਕੇ ਦਿਖਾਇਆ ਸੀ ਅੰਦਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਫੋਟੋ ਸੀ ਬਹੁਤ ਸਾਰੀ ਸੰਗਤ ਐਸੀ ਜਿਹਨਾਂ ਦੇ ਅੰਦਰ ਇਮਾਨਦਾਰੀ ਦੀ ਮੂਰਤ ਹੈ ਉਹ ਕਹਿੰਦੇ ਸਮਾਂ ਆ ਕੇ ਤੁਹਾਨੂੰ ਸਾਰਾ ਕਰ ਜਾਗਰਾ ਕਰਕੇ ਦਿਖਾਵਾਂਗੇ ਜਿਹੜੇ ਸੱਜਣ ਘਰ ਦੇ ਵਿੱਚ ਬੈਠੇ ਆ ਜਾਂ ਕਿਤੇ ਕੋਈ ਮਨ ਦੇ ਵਿੱਚ ਉਹਨਾਂ ਦੇ ਰੋਸਾ ਗੁੱਸਾ ਮਿਲਾ ਨਾ ਤੇ ਉਹਨਾਂ ਨੂੰ ਜ਼ਰੂਰ ਹੋਣ ਜਾ ਕੇ ਮੈਨੂੰ ਮੇਰੀ ਜ਼ਰੂਰਤ ਹੋਵੇ ਵੱਡੇ ਭੈਣ ਸਾਹਿਬ ਦੀ ਜ਼ਰੂਰਤ ਹੋਵੇ ਤੇ ਨਾਲ ਲੈ ਕੇ ਚੱਲੋ ਉਹਨਾਂ ਨੂੰ ਵਾਪਸ ਲੈ ਕੇ ਆਓ ਸਾਰਿਆਂ ਨੂੰ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤਾਂ ਕਿ ਇਹ ਕਾਫਲੇ ਨੂੰ ਵੱਡਾ ਕਰਨਾ ਪੰਜਾਬ ਦੇ ਅੰਦਰ ਅੱਜ ਲੋਕ ਤੁਹਾਡੇ ਵੱਲ ਦੇਖ ਰਹੇ ਆ ਅੱਜ ਪੰਜਾਬ ਦੇ ਲੋਕ ਜਿੱਥੇ ਖੁਸ਼ੀ ਦੇ ਮੂਡ ਦੇ ਵਿੱਚ ਆ ਤੇ ਤੁਹਾਡੇ ਧਰਮ ਦੇ ਉੱਤੇ ਵਿਸ਼ਵਾਸ ਕਰਦੇ ਆ ਕਿਉਂਕਿ ਤੁਸੀਂ ਦੁਨੀਆ ਨੂੰ ਅਨੋਖੇ ਕਰਮ ਕਰਕੇ ਦਿਖਾਏ ਆ ਲੋਕ ਕਹਿੰਦੇ ਨਾ ਵੀ ਬੈਂਸ MLA ਦੋ ਭਾਈ ਸਭੀ ਇੱਕੋ ਟੱਬਰ ਚੋਂ ਆਜ਼ਾਦ ਹੀ ਜਿੱਤ ਕੇ ਉਹ ਯਾਦ ਜਿਤਾਉਣ ਵਾਲੇ ਕੌਣ ਸਾਡੀ ਕੀ ਔਕਾਤ ਹੈ
ਉਹ ਤੁਸੀਂ ਬੈਠੇ ਹੋ। ਤੁਸੀਂ ਦੁਨੀਆਂ ਦਾ ਇਤਿਹਾਸ ਸੁਣਾਇਆ ਤੇ ਇਸ ਵਾਰ ਇੱਕ ਐਸਾ ਵਿਲੱਖਣ ਇਤਿਹਾਸ ਸੁਣਾਉਣਾ ਜਿਹਦੀ ਇੱਕ ਮਿਸਾਲ ਕਾਇਮ ਕਰਨੀ ਹੋ। ਪਹਿਲਾਂ ਕਹਿ ਰਹੇ ਕਿ ਇਸ ਵਾਰ ਸਰਕਾਰ ਲੀਡਰਾਂ ਦੀ ਲੋਕਾਂ ਦੀ ਬਣਨੀ ਹੈ ਤੇ ਇੱਕ ਐਸਾ ਇਤਿਹਾਸ ਜਾਣਕਾਰ ਸੱਜਣ ਜਿਹੜੇ ਬੜੀ ਬਰੀਕੀ ਦੇ ਨਾਲ ਪੋਸਟਮਾਰਟਮ ਕਰਦੇ ਆ ਰਾਜਨੀਤੀ ਦਾ ਤੇ ਅੱਜ ਇਹ ਗੱਲ ਕਹਿੰਦੇ ਵੀ 100 ਤੋਂ ਵੱਧ ਸੀਟਾਂ ਇਸ ਗੱਠਜੋੜ ਨੇ ਜਿੱਤਣੇ 100 ਤੋਂ ਵੱਧ। ਪੰਜਾਬ ਦੇ ਲੋਕ ਜੁੱਤੀ ਲਾਈ ਬੈਠੇ ਤੁਹਾਡੀਆਂ ਦੰਦੀਆਂ ਭੰਨਣ ਵਾਸਤੇ। ਤੁਸੀਂ ਤੈਅ ਕਰ ਲਓ 76 ਜਾਣੇ ਹੋ, ਤੁਸੀਂ 72 MLA ਹੋ, ਚੋਰ ਨੂੰ ਆਪਣਾ ਬੜਾ ਹੁੰਦਾ, ਚੋਰ ਦਾ ਕਹਿੰਦੇ ਪਰਛਾਵਾਂ, ਚੋਰ ਨੂੰ ਆਪਣਾ ਬੜਾ ਪਤਾ ਉਹਨਾਂ ਨੂੰ ਕਿ ਸਾਡੇ ਨਾਲ ਜੱਗੋਂ 13ਵੀਂ ਇਸ ਵਾਰ ਹੋਣੀ ਹੈ। 100 ਦਿਨ ਚੋਰ ਦਾ ਆਇਆ, ਮੈਂ ਰਹਿਣੀ ਆ ਤੁਹਾਡਾ ਧੰਨਵਾਦ ਕਰਦਾ ਜਿਹੜੇ ਉਹਦੇ ਵਿੱਚ ਜਿਹੜਾ ਪਹਿਲਾ ਪੰਜਾਬ ਦੇ ਵਿੱਚ ਆਪੋ ਆਪਣੇ ਵਾਰਡ ਦੇ ਵਿੱਚ, ਆਪੋ ਆਪਣੇ ਮੁਹੱਲੇ ਕਲੋਨੀ ਦੇ ਵਿੱਚ, ਆਪਣੀ ਬਿਲਡਿੰਗ ਦੇ ਜੋ ਤੁਹਾਨੂੰ ਉੱਥੇ ਠੀਕ ਲੱਗਦਾ, ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੇ ਕਨਵੀਨਰ ਸਤਿਕਾਰਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ, ਜਿਹਦਾ ਬਲਵਿੰਦਰ ਸਿੰਘ ਬੈਂਸੁਰਾਂ ਦੀ, ਜੇ ਮੇਰਾ ਤੁਹਾਡਾ ਦਿਲ ਕਰੇ ਮੇਰੀ ਫੋਟੋ ਲਾ ਲਓ ਨਾਲ, ਮੇਰੇ ਅੱਜ ਆਪਣੇ ਨਾਲ ਹੀ ਲਾਇਓ ਤੁਸੀਂ, ਜਿੱਥੇ ਤੁਸੀਂ ਆਪਣੀ ਲਾਓਗੇ ਉੱਥੇ ਮੇਰੀ ਲਾ ਲਓ। ਇਹਨਾਂ ਦੋਨਾਂ ਦੀ ਜਿਹੜੀ ਆ ਇਹ ਵੱਡੇ ਨੇ ਉਮਰ ਦੇ ਵਿੱਚ ਅਤੇ ਇਹਨਾਂ ਦੀ ਫੋਟੋ, ਇਹ ਜ਼ਰੂਰ ਵੋਟ ਲਾਉਣੇ ਆ। ਹਿੰਦੀ ਦੇ ਵਿੱਚ ਇੱਕ ਕਹਾਣ ਜੋ ਦਿੱਤਾ ਹੈ ਸੋ ਫਿਰਤਾ ਹੈ, ਇਹ ਮਸ਼ਹੂਰੀ ਦਾ ਯੋਗ ਆ। ਆ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਨੇ ਦੇਖ ਲਓ ਅਰਬਾਂ ਰੁਪਈਆ ਐਡਵਰਟੀਜ਼ਮੈਂਟ 'ਤੇ ਲਾ ਦਿੰਦੇ ਇਸ਼ਤਿਹਾਰ ਇਸ਼ਤਿਹਾਰਬਾਜ਼ੀ। ਸੋ ਹਰ ਜਿੰਨੇ ਆਪਾਂ ਅੱਜ ਸੱਜਣ ਬੈਠੇ ਹਾਂ, ਜਾ ਕੇ ਆਪੋ ਆਪਣੇ ਵਾਰਡ ਦੇ ਵਿੱਚ ਇੱਕ ਨਿਸ਼ਚਾ ਵੀ ਅਸੀਂ 20-20 ਬੋਰਡ ਮਿਨੀਮਮ ਨੇ ਜ਼ਰੂਰ ਲਾਉਣੇ, ਅਤੇ ਜਿੰਨੀਆਂ ਆਪਣੇ ਉਸ ਵਾਰਡ ਦੇ ਵਿੱਚ ਆਪਣੀ ਸੋਚ ਦੇ ਨਾਲ ਚੱਲਣ ਵਾਲੀਆਂ ਪ੍ਰਬੰਧਕ ਕਮੇਟੀਆਂ, ਚਾਹੇ ਉਹ ਮੰਦਰ ਦੀਆਂ ਨੇ, ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਨੇ, ਚਾਹੇ ਉਹ ਨੌਜਵਾਨ ਇਨਕਲਾਬ ਹੈ, ਕੋਈ ਹੋਰ ਵੈਲਫੇਅਰ ਹੈਗੀ ਆ, ਅਤੇ ਉਹਨਾਂ ਨੂੰ ਵੀ ਆਪਾਂ ਇਹ ਬੇਨਤੀ ਜ਼ਰੂਰ ਕਰਨੀ। ਇਹ ਬੇਨਤੀ ਕਰਕੇ ਜ਼ਰੂਰ ਸਾਰੇ ਇਲਾਕੇ ਦੇ ਵਿੱਚ ਮਾਣ ਅਤੇ ਸਤਿਕਾਰ ਦੇ ਨਾਲ, ਅਤੇ ਜਿਹੜੇ ਆਪਣੇ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚੰਡ ਹੈਗੇ, ਵਲੰਟੀਅਰ ਹੈਗੇ, ਉਹਨਾਂ ਨਾਲ ਜਾ ਕੇ ਜ਼ਰੂਰ ਵੀ ਸੰਪਰਕ ਕਰ, ਆਪ ਮਿਲਣ ਜਾਇਓ ਆਪ। ਆਪਾਂ ਇੰਤਜ਼ਾਰ ਨਹੀਂ ਕਰਨਾ ਜਾਲ ਸਾਹਿਬ ਦਾ ਸੁਝਾਅ ਸਹੀ ਆ ਕਿ ਉਹ ਆਪਾਂ ਨੂੰ ਬੁਲਾਉਣ 'ਤੇ ਜਾਣਾ, ਨਹੀਂ, ਆਪ ਜਾ ਕੇ ਉਹਨਾਂ ਨੂੰ ਸੰਪਰਕ ਕਰ ਲੈਣਾ ਵੀ ਆਓ ਵੀ, ਇੱਕ ਰਿਸਪੈਕਟ ਹੁੰਦੀ ਆ, ਭਾਵਨਾ ਹੁੰਦੀ ਆ, ਤੁਹਾਡਾ ਆਦਰ ਵਧੇਗਾ ਕਿ ਹਾਂ ਵੀ ਇਹ ਮੈਨੂੰ ਬੁਲਾਉਣ ਵਾਸਤੇ ਆ। ਉਹਨਾਂ ਨੂੰ ਜਾ ਕੇ ਜ਼ਰੂਰ ਆਪਾਂ ਤਾਂ ਜੋ ਇਸ ਗੱਠਜੋੜ ਨੂੰ ਬਹੁਤ ਵੱਡੀ ਪੱਧਰ 'ਤੇ ਆਪਾਂ ਵਾਹਿਗੁਰੂ ਕਿਰਪਾ ਕਰੇ ਸਫਲਤਾ ਮਿਲ ਸਕੇ। ਉਹਨਾਂ ਨਾਲ ਮੈਂ ਹਲਕਾ ਵਾਈਜ਼ ਉਦੋਂ ਬਾਅਦ ਦੇ ਵਿੱਚ ਮੀਟਿੰਗਾਂ ਵੀ ਰੱਖਾਂਗੇ, ਉਹਨਾਂ ਤੋਂ ਮੈਂ ਲਿਸਟ ਮਿਲ ਲੈ ਲੈਣੀ ਹੈ। ਹਲਕਾ ਵਾਈਜ਼ ਸਿਰਫ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਪਣੇ ਉਸ ਹਲਕੇ ਨਾਲ ਸੰਬੰਧਿਤ ਲੋਕ ਇਨਸਾਫ ਪਾਰਟੀ ਦੇ ਮੈਂਬਰ ਸਾਹਿਬਾਨ, ਤਾਂ ਜੋ ਇੱਕ ਦੂਸਰੇ ਦੇ ਆਪਾਂ ਰੂਬਰੂ ਹੋ ਕੇ ਸਾਰਾ ਇੱਕ ਦੂਸਰੇ ਨੂੰ ਜਾਣ ਪਛਾਣ ਸਕੇ, ਕਿਤੇ ਮਿਲੀਏ ਅਤੇ ਪਤਾ ਲੱਗੇ ਕਿ ਇਹ ਆਮ ਆਦਮੀ ਪਾਰਟੀ ਦਾ, ਅਤੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਲੋਕ ਇਨਸਾਫ ਪਾਰਟੀ ਦਾ ਉਹਦੇ ਆਧਾਰ 'ਤੇ ਮੈਂਬਰ ਹੈ। ਮੈਂ ਫਿਰ ਤੁਹਾਡਾ ਰਿਣੀ ਹੈ, ਪੰਜਾਬ ਦੇ ਪਾਣੀਆਂ ਦੇ ਉੱਤੇ ਅੱਜ ਜਿੰਨੇ ਸਰੋਤਿਆਂ ਨੇ ਮੇਰੇ ਨਾਲ ਗੱਲ ਕੀਤੀ, ਮੈਨੂੰ ਪੁੱਛਿਆ ਕਿ ਬੈਂਸ ਪਾਣੀਆਂ ਦਾ, ਮੈਂ ਕਹਿ ਕੇ ਆਇਆ ਕਿ ਪਾਣੀ ਦਾ ਮਸਲਾ ਯਾਦ ਕਰਕੇ ਦੇਖੋ, ਜਦੋਂ ਪਿਛਲੇ ਸੈਸ਼ਨ ਦੌਰਾਨ ਘਸੁੰਨ ਮੁੱਕੀ ਕਰਕੇ ਬਾਹਰ ਸੁੱਟ ਕੇ ਗਏ ਸੀ ਨਾ, ਕੱਪੜੇ ਪਾੜੇ ਸੀ ਅਤੇ ਮੈਨੂੰ ਲਿਜਾ ਕੇ ਬਾਹਰ ਸੁੱਟਿਆ ਸੀ, ਅਤੇ ਬਹੁਤ ਸਾਰੇ ਲੋਕਾਂ ਦਾ ਮੈਨੂੰ ਫੋਨ ਆਇਆ ਸੀ ਤੂੰ ਇਮੋਸ਼ਨਲ ਕਿਉਂ ਹੈ, ਅਤੇ ਮੈਂ ਵਿਧਾਨ ਸਭਾ 'ਚ ਮੁੱਖ ਮੰਤਰੀ ਨੂੰ ਪੁੱਛਿਆ, ਮੁੱਖ ਮੰਤਰੀ ਸਾਹਿਬ ਅੱਜ ਉਹੀ ਇਸ਼ੂ ਚੋਰੀ ਕਰਕੇ ਲੈ ਕੇ ਆਇਆ ਤੂੰ ਮੇਰਾ ਰੈਜ਼ੋਲਿਊਸ਼ਨ, ਅਤੇ ਮੈਂ ਮੈਨੂੰ ਲੋਕ ਪੁੱਛਦੇ ਸੀ ਬਹਿਣ ਜਦੋਂ ਤੈਨੂੰ ਕੁੱਟ ਕੇ ਘੜੀਸ ਕੇ ਕੱਪੜੇ ਪਾੜ ਕੇ ਬਾਹਰ ਸੁੱਟਿਆ ਸੀ ਅਤੇ ਇਮੋਸ਼ਨਲ ਕਿਉਂ ਹੋਇਆ ਸੀ। ਮੈਂ ਬਾਦਲ ਸਾਹਿਬ ਇਮੋਸ਼ਨ ਦੇ ਇਸ ਕਰਕੇ ਸੀ ਵੀ ਐਡੀ ਵੱਡੀ ਬੇਈਮਾਨ ਟੋਗਰਿਆਂ ਦੀ, ਬੇਈਮਾਨਾਂ ਦੀ ਫੌਜ ਦਾ ਮੁਕਾਬਲਾ ਕੱਲਾ ਕਰਾਂ ਕਿਵੇਂ, ਅਤੇ ਅੱਜ ਦੇਖ ਲਓ ਗੱਲ ਕਿੱਥੇ ਖੜੀ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਨਹੀਂ, ਕੁੱਲ ਦੁਨੀਆਂ 'ਚ ਵੱਸਦਾ ਪੰਜਾਬੀ ਪਾਣੀਆਂ ਦੇ ਉੱਤੇ ਜਾਗਰੂਕ ਹੋ ਗਿਆ, ਥੋੜ੍ਹੀ ਕੋਈ ਕੁਰਬਾਨੀ ਦੇਣੀ ਪਵੇ ਜਿੱਦਣ ਪੰਜਾਬ ਦੇ ਉੱਤੇ, ਇਹ ਨਾ ਸੋਚੋ ਕਿ ਅੱਜ ਮਤਾ ਪਾਸ ਹੋ ਗਿਆ ਅਤੇ ਸਾਡੇ ਕੋਲ ਪੈਸੇ ਆ ਜਾਣੇ, ਆਉਣਗੇ ਜ਼ਰੂਰ, ਮੇਰਾ ਇਹ ਵਿਸ਼ਵਾਸ ਹੈ, ਟੁੱਟ ਵਿਸ਼ਵਾਸ, ਆਉਣਗੇ ਪੈਸੇ ਜ਼ਰੂਰ।